ਤੇ ਤਾਂ ਸੱਚੀ ਗੱਲ ਤਾਂ ਇਹ ਆ ਵੀ ਸੱਚੀ ਗੱਲ ਕਹਿਣ ਦੀ ਕਿਸੇ ਦੀ ਵਿਰਤੀ ਨਹੀਂ ਰਹੀ। ਉਹ ਅਕਾਲੀ ਦਲ, ਮੈਂ ਤਾਂ ਅਸਲੀ ਗੱਲ ਹੈ, ਉਹ ਅਕਾਲੀ ਦਲ ਯਾਰ ਜਿਹੜੀ ਉਹ ਜਮਾਤ ਸੀ, ਕਮਰੇ 'ਚ ਬਹਿ ਕੇ ਡੈਮੋਕ੍ਰੇਸੀ ਦੇ ਵਿੱਚ ਜਿੰਨੀ ਮਰਜ਼ੀ ਡਿਸਕਸ਼ਨ ਕਰ ਲਓ, ਪਰ ਇਹ ਕਹਿੰਦੇ ਨਾਲ ਹੀ ਤੁਸੀਂ ਬੋਲ ਹੀ ਨਹੀਂ ਸਕਦੇ, ਔਰ ਸਾਰੀ ਕਲਾਸ ਸੁੱਤੀ ਪਈ ਆ, ਔਰ ਇੱਕ ਹੁਕਮ ਆਉਂਦਾ ਉਹਦੇ 'ਤੇ ਚੜ ਜਾਂਦੇ ਆ। ਮੈਂ ਵੀ ਗਿਆ ਉੱਥੇ, ਮੈਂ ਅਸਲੀ ਗੱਲ ਹੈ ਕਿ ਮੈਂ ਵੀ ਕੇਜਰੀਵਾਲ ਕੋਲ ਗਿਆ, ਮੈਂ ਕਿਹਾ ਯਾਰ ਅਸਲੀ ਗੱਲ ਆ, ਦੇਖਦੇ ਹਾਂ ਵੀ ਯਾਰ ਆਹ ਗੱਲ ਤਾਂ ਠੀਕ ਲੱਗਦੀ ਆ। ਤੇ ਗੱਲ ਤਾਂ ਇਹ ਉਦੋਂ ਗਾਹ ਆ, ਸੱਚੀ ਗੱਲ ਹੈ, ਗੱਲ ਤਾਂ ਉਦੋਂ ਗਾਹ ਆ। ਮੈਂ ਕਿਹਾ ਯਾਰ ਮੈਂ ਸਾਰੀ ਟੀਮ ਨੂੰ ਮਿਲਿਆ ਜਿਹੜੇ ਸਾਡੇ ਹੀ ਹੈਗੇ ਆ। ਮੈਂ ਫਿਰ ਵੱਡੇ ਭਰਾ ਕੋਲ ਗਿਆ, ਮੈਂ ਕਿਹਾ ਭਰਾ ਗੱਲ ਤਾਂ ਆਹ ਲੱਗਦੀ ਆ ਵੀ ਉਹ ਇੰਸਟੀਟਿਊਟ ਵਾਲੀ ਕੰਪਨੀ ਵਾਲੀ ਗੱਲ ਲੱਗਦੀ, ਇਹ ਤਾਂ ਯਾਰ ਇਹ ਤਾਂ ਮੈਂ ਕਿਹਾ ਕਹਿ ਲਓ ਯਾਰ ਤੁਸੀਂ ਆ ਗਏ ਫਿਰ, ਜੇ ਕਿਸੇ ਨੇ ਚੀਫ ਮਿਨਿਸਟਰ ਹੀ ਬਾਹਰੋਂ ਆ ਕੇ ਬਣਨਾ ਮੈਨੂੰ ਨੀ, ਕਿਉਂਕਿ ਮੈਂ ਤਾਂ ਉਸ ਨੇੜੇ ਤੇੜੇ ਵੀ ਹੈ ਨੀ, ਮੈਂ ਤਾਂ ਟੀਮ 'ਚ ਕੰਮ ਕਰਨ ਵਾਲਾ ਬੰਦਾ। ਤੇ ਮੈਂ ਕਿਹਾ ਯਾਰ ਜੇ ਆਉਣਾ ਤਾਂ ਸਿੱਧੇ ਹੋ ਕੇ ਆ ਜਾਓ ਤੁਸੀਂ, ਕਿਉਂਕਿ ਪੰਜਾਬੀ ਕਦੀ ਪੰਜਾਬ ਨੇ ਹਮੇਸ਼ਾ ਮੋਹਰੀ ਰੋਲ ਪਲੇ ਕੀਤਾ। ਇਹ ਸਾਡੀ ਬਦਕਿਸਮਤੀ ਆ ਕਿਹਾ ਨਾ ਲੋਕਾਂ ਨੇ, ਜਿਹਨਾਂ ਨੇ 70 ਸਾਲ ਦੇ ਵਿੱਚ ਸਾਨੂੰ ਇੱਥੇ ਲਿਆ ਕੇ ਖੜਾ ਕਰ ਦਿੱਤਾ, ਕਿਉਂਕਿ ਡੈਮੋਕ੍ਰੇਸੀ ਦਾ ਚਾਰੇ ਥਾਂ ਮੈਂ ਗੁੱਸਾ ਨਾ ਕਰੇ ਮੇਰਾ, ਉਹਦੇ ਵਿੱਚ ਪੋਲੀਟੀਸ਼ੀਅਨ ਵੀ ਕਮਜ਼ੋਰ ਹੋਇਆ, ਸਭ ਤੋਂ ਕਮਜ਼ੋਰ ਉਹ ਹੋਇਆ, ਉਹਦੇ ਤੋਂ ਬਾਅਦ ਬਿਊਰੋਕ੍ਰੇਸੀ ਵੀ ਕਮਜ਼ੋਰ ਹੋਈ, ਉਹਦੇ ਤੋਂ ਬਾਅਦ ਜੁਡੀਸ਼ਰੀ ਵੀ ਕਮਜ਼ੋਰ ਹੋਈ, ਔਰ ਉਹਦੇ ਤੋਂ ਬਾਅਦ ਗੁੱਸਾ ਨਾ ਕਰੇ ਤੁਹਾਡੇ 'ਚ ਵੀ ਕਿਤੇ ਨਾ ਕਿਤੇ ਨਾ ਉਹ ਜਿਹੜਾ ਪਿੱਲਰ ਆ ਉਹ ਵੀ ਕਿਤੇ ਨਾ ਕਿਤੇ ਟੇਢਾ ਮੇਢਾ ਹੋਇਆ। ਸੋ ਇਸ ਕਰਕੇ ਮੈਂ, ਕਿਉਂਕਿ ਉਸ ਡੈਮੋਕ੍ਰੇਸੀ, ਕਿਉਂਕਿ ਜੇ ਆਪਣੇ ਚਾਰੇ ਪਿੱਲਰ ਖੜੇ ਹੋ ਜਾਈਏ, ਸੱਚ ਕਹੀਏ, ਕਿਉਂਕਿ ਸੱਚ ਤਾਂ ਆ ਆ, ਕੁਛ ਨਹੀਂ ਹੁੰਦਾ ਜੇ ਨਾ ਵੀ ਤੁਸੀਂ ਬਣੋਗੇ ਤਾਂ ਕੀ ਹੋਊਗਾ। ਮੈਨੂੰ ਵੀ ਆ ਕੁਐਸਚਨ ਕਿ ਹਾਂ ਵੀ ਏਦਾਂ ਹੋ ਜੂਗਾ, ਏਦਾਂ ਹੋ ਜੂਗਾ, ਯਾਰ ਮੈਂ ਕਿਹਾ ਉਸ ਕਰਵਾਇਆ ਹੀ ਨਹੀਂ ਹੈ ਜਿਸ ਘਰ ਦਬਦਮ ਕੋ ਗੱਲ ਹੋਵੇ। ਇਸ ਕਰਕੇ ਮੈਂ ਤੁਹਾਨੂੰ ਵੀ ਬੇਨਤੀ ਕਰਦਾ, ਸਾਰਿਆਂ ਨੂੰ ਇੱਕ ਬੇਨਤੀ ਆ ਮੇਰੀ ਸਾਰਿਆਂ ਨੂੰ ਕਿ ਆਪਾਂ ਸਾਰੇ, ਕਿਉਂਕਿ ਤੁਸੀਂ ਰੋਜ਼, ਕਿਉਂਕਿ ਕਿਤੇ ਟਿਕ ਟੈਕ ਹੁੰਦੀ ਆ, ਕਿਤੇ ਕੋਈ ਗੱਲ ਹੁੰਦੀ ਆ, ਕਿਤੇ ਕੁਛ ਹੁੰਦਾ, ਕਿਤੇ ਕੁਛ ਹੁੰਦਾ, ਕਿਸੇ ਦਾ ਕਿਸੇ ਨੂੰ ਸਮਰਥਨ ਆ, ਕਿਸੇ ਦਾ ਕਿਸੇ ਨੂੰ ਸਮਰਥਨ ਆ, ਮੈਂ ਤਾਂ ਸਪੋਰਟ ਸਾਰੇ ਸਮਰਥਨ ਨਾਲ ਆ। ਆਪਾਂ ਵੀ ਆਪਣੀ ਕੌਨਸ਼ੀਅਸ ਦੀ ਆਵਾਜ਼ ਦਾ, ਆਪਾਂ ਉਹ ਲੋਕਾਂ ਦਾ, ਕਿਉਂਕਿ ਤੁਹਾਡੇ ਕੋਲ ਜਿੰਨੀ ਪਾਵਰ ਹੈ ਉਨੀ ਕਿਸੇ ਕੋਲ ਨਹੀਂ ਆ, ਉਹ ਜਿਹੜੇ ਤਿੰਨਾਂ ਨੂੰ ਮੋਨੀਟਰ ਕਰਦੇ ਆ ਨਾ, ਉਹ ਤੁਸੀਂ ਚੌਥੇ ਹੋ। ਤੇ ਜੇ ਆਪਾਂ ਚਾਰੇ ਇਕੱਠੇ ਹੋ ਕੇ ਜਿਹੜੀ ਸੱਚ ਆ ਉਹ ਸੱਚ ਕਹਿ ਲਈਏ, ਤਾਂ ਮੇਰਾ ਖਿਆਲ ਹੈ ਕਿ ਇਸ ਦੇਸ਼ ਦੇ ਵਿੱਚ, ਆਪਾਂ ਬੈਕਗ੍ਰਾਊਂਡ 'ਤੇ ਚਲੇ ਚੱਲੀਏ, ਜਦੋਂ ਇਹ ਦੇਸ਼ ਆਜ਼ਾਦ ਹੋਇਆ ਸੀ ਤਾਂ ਉਦੋਂ ਕੀ ਫੀਲਿੰਗ ਸੀ, ਅਤੇ ਅੱਜ ਸਾਡੀ ਫੀਲਿੰਗ ਕਿੱਥੇ ਆ, ਅਸਲੀਅਤ ਇਹ ਆ। ਉਦੋਂ ਮੈਂ ਤਾਂ ਦੇਖੋ ਇੱਕ ਪਿੰਡ ਤੋਂ ਆਇਆ, ਪਿੰਡ ਦੇ ਵਿੱਚ ਜਦੋਂ ਕਿਤੇ ਬਰਾਤ ਵੀ ਆਉਂਦੀ ਸੀ ਨਾ, ਤੇ ਲੋਕੀ ਬਿਸਤਰੇ ਇਕੱਠੇ ਕਰਦੇ ਹੁੰਦੇ ਸੀ, ਕਿਉਂਕਿ ਨਾਲ ਦੇ ਉਹਨੂੰ ਕਿਤੇ ਨਾ ਕਿਤੇ ਢੱਕਦੇ ਹੁੰਦੇ ਸੀ, ਯਾਰ ਕਿਤੇ ਇਹਨਾਂ ਦਾ ਜਿਹੜਾ ਗੈਸਟ ਆਇਆ ਕਿਤੇ ਉਹਨੂੰ ਚੰਗਾ ਬਿਸਤਰਾ ਮਿਲ ਜਾਵੇ। ਤੇ ਹੁਣ ਅਸੀਂ ਕਿਤੇ ਉਹਨੂੰ ਨੰਗਾ ਕਰਦੇ ਹਾਂ ਵੀ ਹਾਂ ਵੀ ਆਦਮ ਨੂੰ ਨੰਗਾ ਕਰਦੇ। ਸੋ ਇਸ ਕਰਕੇ ਮੇਰੀ ਬੇਨਤੀ ਆ ਤੁਹਾਨੂੰ ਸਾਰਿਆਂ ਨੂੰ, ਆਪਾਂ ਇੱਕ ਉਹ ਸੋਚ ਦਈਏ, ਉਹ ਹਿੰਦੁਸਤਾਨ ਦੀ ਉਹ ਸੋਚ ਦਈਏ ਜਿਹੜੀ ਅੱਜ ਸਮੇਂ ਦੀ ਜ਼ਰੂਰਤ ਹੈ। ਆ ਇਕੱਠੇ ਹੋਏ ਸੀ ਸਿੱਧੂ ਭਰਾ ਨੂੰ, ਮੈਂ ਕਿਹਾ ਭਾਜੀ ਗੱਲ ਆਇਆ, ਇਹ ਤਾਂ ਪਹਿਲੇ ਹੀ ਅੱਗ ਬਬੂਲਾ ਬੈਠੇ ਸੀ, ਤੇ ਆਹ ਜਦੋਂ ਦੋ ਬੱਬਰ ਸ਼ੇਰ ਦੇਖੇ, ਮੈਂ ਕਿਹਾ ਵੀ ਪੰਜ ਹੀ ਬਹੁਤ ਆ ਟੂ ਸਟਾਰਟ ਵਿਦ, ਇਹ ਲੋਕਾਂ ਦਾ ਕਾਫਲਾ ਬਣਾਵਾਂਗੇ, ਔਰ ਬਣਾ ਕੇ ਇਹ ਜਿਹੜੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦੇ ਕੁਛ ਨਹੀਂ ਹੈਗਾ, ਸੱਚੀ ਗੱਲ ਹੈ, ਸਾਰਾ ਕੁਛ ਦੇਖ ਲਿਆ, ਕਿਉਂਕਿ ਸਪੋਰਟਸਮੈਨ ਹੋ ਕੇ ਮੈਂ ਦੁਨੀਆ ਵੀ ਦੇਖੀ, ਉਹ ਡੈਮੋਕ੍ਰੇਸੀ ਵੀ ਦੇਖੀ ਜਿੱਥੇ ਲੋਕੀ ਇਹ ਵੀ ਮੰਨ ਲੈਂਦੇ ਆ ਵੀ ਯਾਰ ਇਹ ਗੱਲ ਸੱਚੀ ਆ, ਇਹ ਝੂਠੀ ਨਹੀਂ ਹੈ, ਔਰ ਉਹ ਮੰਨ ਲੈਂਦੇ ਆ ਵੀ ਯਾਰ ਮੇਰੇ ਕੋਲ ਗਲਤੀ ਹੋ ਗਈ, ਕਿਉਂਕਿ ਖਿਡਾਰੀ ਖੜਾ ਹੱਥ ਖੜਾ ਕਰਕੇ ਮੰਨ ਲੈਂਦਾ ਵੀ ਮੇਰੇ ਕੋਲ ਗਲਤੀ ਹੋ ਗਈ, ਕੋਈ ਮੰਨਣ ਨੂੰ ਤਿਆਰ ਹੀ ਨਹੀਂ ਹੈ। ਮੈਂ ਉਹ ਵੀ ਦੇਖ ਲਈ, ਐਡਮਿਨਿਸਟ੍ਰੇਸ਼ਨ ਵੀ ਦੇਖ ਲਈ, ਚੰਗੇ ਵੀ ਹੈਗੇ ਆ ਵਿੱਚ, ਚੰਗਿਆਂ ਨੂੰ ਕਿਸੇ ਚੀਜ਼ ਦੀ ਡਰ ਨਹੀਂ ਹੈ। ਮੈਂ ਤਾਂ ਇਹਨਾਂ ਨੂੰ ਇਹ ਕਹਿੰਦਾ ਹੁੰਦਾ ਵੀ ਯਾਰ ਇੰਨੇ ਡਰਦੇ ਕਿਉਂ ਆ ਤੁਸੀਂ ਬਾਬੂ, ਇੰਨੇ ਕਦੋਂ ਡਰ ਲੱਗਦਾ, ਖੜੇ ਤਾਂ ਹੋਈਏ ਯਾਰ, ਆਪਾਂ ਸਿਸਟਮ ਲਈ ਖੜੇ ਹੋਈਏ। ਸੋ ਇਸ ਕਰਕੇ ਮੇਰੀ ਇੱਕੋ ਹੀ ਬੇਨਤੀ ਆ ਕਿ ਆਪਾਂ ਸਾਰੇ ਇਕੱਠੇ ਹੋ ਕੇ ਜਿੰਨੇ ਵੀ ਆ, ਪੰਜਾਬ ਦੀ ਗੱਲ ਕਰੀਏ, ਪੰਜਾਬੀਅਤ ਦੀ ਗੱਲ ਕਰੀਏ, ਉਸ ਕਿਰਦਾਰ ਦੀ ਗੱਲ ਕਰੀਏ, ਉਸ ਕਰੈਕਟਰ ਨਾਲ, ਜਿਸ ਕਰੈਕਟਰ ਨਾਲ ਅਸੀਂ ਉਸ ਹਿੰਦੁਸਤਾਨ ਨੂੰ, ਜੇ ਆਜ਼ਾਦੀ ਦੀ ਗੱਲ ਕੀਤੀ ਆ, ਜਦੋਂ ਰੈਵੋਲਿਊਸ਼ਨ ਦੀ ਗੱਲ ਕੀਤੀ ਆ, ਅਤੇ ਉਹ ਪੰਜਾਬ ਉਹਦੇ 'ਚ ਮੋਹਰੀ ਰਿਹਾ, ਅੱਜ ਇਹਨਾਂ ਲੋਕਾਂ ਨੇ ਖੜਾ ਕੀਤਾ ਇੱਥੇ ਆ ਕੇ। ਸਿੱਧੂ ਸਾਹਿਬ ਇੱਕ ਮਿੰਟ,
ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇ ਕੇ ਜਾਵਾਂਗੇ ਸਰ ਸਵਾਲ ਨਹੀਂ ਮੇਰਾ ਬੀਂਗ ਏ ਸੈਕਟਰੀ ਜਨਰਲ ਆਫ ਪ੍ਰੈਸ ਕਲੱਬ ਮੇਰੀ ਛੋਟੀ ਰਿਕੁਐਸਟ ਹੈ ਆਪਣੇ ਜਿਹੜੇ ਸਮਰਥਕ ਆਏ ਨੇ ਪਲੀਜ਼ ਉਹਨਾਂ ਨੂੰ ਕਹੋ ਜੇ ਏਸੀ ਹਾਲ ਖੋਲਿਆ ਹੋਇਆ ਉੱਥੇ ਬੈਠ ਕੇ ਪ੍ਰੈਸ ਕਾਨਫਰੰਸ ਕਰੋ ਪ੍ਰੈਸ ਵਾਲਿਆਂ ਨੂੰ ਜਰਾ ਬਹੁਤ ਦਿੱਕਤ ਹੋ ਰਹੀ ਪਲੀਜ਼ ਪਲੀਜ਼ ਨੀਚੇ ਏਸੀ ਹਾਲ ਖੁੱਲਾ ਹੋਇਆ ਪਲੀਜ਼ ਯਹਾਂ ਜਾ ਕੇ ਬੈਠ ਜਾਏ ਇਹਦੇ ਹੰਬਲ ਰਿਕੁਐਸਟ ਵਾਲਾ ਫਿਰ ਵੀ ਕੋਈ ਕੰਮ ਨਹੀਂ ਜ਼ਰੂਰਤ ਕਿਉਂ ਪਈ ਕਦੇ ਕਦੇ ਮਨ ਵਿੱਚ ਆ ਵੀ ਆਉਂਦਾ ਸੀ ਕਿ ਸ਼ਾਇਦ ਸਾਡੇ ਤੋਂ ਬਗੈਰ ਹੋਰ ਵੀ ਬਹੁਤ ਸਾਰੀਆਂ ਕੌਮਾਂ ਨੇ ਜਿਹੜੀਆਂ ਕੌਮਾਂ ਐਨਾਲਿਸਿਸ ਕਰੀ ਜਾਂਦੀਆਂ ਬੈਠੇ ਲਿਖਾਰੀ ਲਿਖੀ ਜਾਂਦੇ ਆ ਕਿ ਇੰਨੀ ਕਰਪਸ਼ਨ ਇੰਨਾ ਨਸ਼ਾ ਇੰਨੀ ਡਾਂਗ ਇੰਨੀ ਗੋਲੀ ਤੇ ਪਰ ਬੋਲਣ ਵਾਲੇ ਪੰਜਾਬ ਚ ਕੋਈ ਗੋਲੀ ਮਗਰ ਮਗਰ ਚਲਦੀ ਗਈ ਜਦੋਂ ਮਗਰ ਮਗਰ ਗੋਲੀ ਚਲਦੀ ਗਈ ਤੇ ਅਖੀਰ ਰੱਖ ਜਾਂ ਕੋ ਸਾਈਆਂ ਮਾਰ ਸਕੇ ਨਾ ਕੋਈ ਸੰਤ ਰਣਜੀਤ ਸਿੰਘ ਬਚ ਗਏ ਤੇ ਨਾਲ ਦੇ ਜਿਹੜੇ ਸੰਤ ਭੁਪਿੰਦਰ ਸਿੰਘ ਸੀਗੇ ਉਹਨਾਂ ਦੇ ਗੋਲੀਆਂ ਵੱਜੀਆਂ ਤੇ ਅੱਜ ਤੱਕ ਇਹ ਗੱਲ ਦੁੱਖ ਤੇ ਅਫਸੋਸ ਹੈ ਕਿ ਅੱਜ ਤੱਕ ਕਾਤਲ ਫੜਿਆ ਹੀ ਨਹੀਂ ਜਾ ਸਕਿਆ ਤੇ ਬਾਦਲ ਸਾਹਿਬ ਕਹਿੰਦੇ ਕੀ ਆ ਕਹਿੰਦੇ ਮੈਂ ਇਨਕੁਆਰੀ CBI ਨੂੰ ਦੇ ਦਿੱਤੀ ਵੀ ਮੈਂ ਬੇਨਤੀ ਕਰਾਂ ਮੈਂ ਤਾਂ ਵਿਧਾਨ ਸਭਾ ਚ ਆਖਿਆ ਕਿ ਮੁੱਖ ਮੰਤਰੀ ਸਾਹਿਬ ਕਿ ਜਦੋਂ ਕਿਸੇ ਕੇਸ ਦੀ ਸਰਕਾਰ ਇਨਕੁਆਰੀ CBI ਨੂੰ ਦਿੰਦੀ ਹੈ ਉਹਦਾ ਮਤਲਬ ਹੁੰਦਾ ਹੈ ਕਿ ਸਰਕਾਰ ਦਾ ਕਾਮ ਚਾਮ ਸਿਸਟਮ ਸਾਰਾ ਕੁਝ ਫੇਲ ਹੋ ਗਿਆ ਤੇ CBI ਨੂੰ ਇਨਕੁਆਰੀ ਦੇਣ ਦੇ ਨਾਲ ਨਾਲ ਜੇ ਮੁੱਖ ਮੰਤਰੀ ਜਾਗਦੀ ਕੌਨਸ਼ੀਅਸ ਵਾਲਾ ਹੋਏ ਤਾਂ ਪਹਿਲਾਂ ਨਾਲ ਅਸਤੀਫਾ ਲਿਖਦਾ ਹੈ ਕਿਆ ਮੇਰਾ ਰਿਜ਼ਾਈਨ ਲਿਖਿਆ ਹੋਇਆ ਹੈ ਪਰ ਮੈਂ ਰਿਜ਼ਾਈਨ ਦੇਣ ਤੋਂ ਇੱਕ ਸਕਿੰਟ ਪਹਿਲਾਂ ਇਸ ਕੇਸ ਦੀ ਇਨਕੁਆਰੀ CBI ਨੂੰ ਦਿੰਦਾ ਤੇ ਇਸ ਤੋਂ ਅਗਾਂਹ ਮੈਂ ਰਿਜ਼ਾਈਨ ਦਿੰਦਾ ਪਰ ਇਹਦੇ ਟੀਟ ਹੋ ਗਏ ਰਿਜ਼ਾਈਨ ਦਾ ਤਾਂ ਨਾਂ ਨਹੀਂ ਮੈਂ ਤਾਂ ਆਹ ਵੀ ਕਿਹਾ ਕਿ ਬਾਦਲ ਸਾਹਿਬ ਤੁਸੀਂ 9 ਸਾਲਾਂ ਦੀ ਡਿਵੈਲਪਮੈਂਟ ਦੀ ਗੱਲ ਕਰਦੇ ਹੋ ਕਿਤੇ ਆਹ ਵੀ ਗੱਲ ਕਰੋ ਕਿ ਤੁਹਾਡੇ ਤੇ ਇਲਜ਼ਾਮ ਕਿਹੜੇ ਕਿਹੜੇ ਲੱਗੇ ਤੁਹਾਡੀ ਫੈਮਿਲੀ ਤੇ ਐਲੀਗੇਸ਼ਨ ਕਿੰਨੇ ਕੁ ਲੱਗੇ ਨਸ਼ੇ ਦਾ ਐਲੀਗੇਸ਼ਨ ਤੁਹਾਡੀ ਫੈਮਿਲੀ ਤੇ ਸੈਂਡ ਮਾਫੀਆ ਤੁਹਾਡੀ ਫੈਮਿਲੀ ਤੇ ਕ੍ਰੈਸ਼ਰ ਮਾਫੀਆ ਤੁਹਾਡੀ ਫੈਮਿਲੀ ਤੇ ਕੇਬਲ ਮਾਫੀਆ ਤੁਹਾਡੀ ਫੈਮਿਲੀ ਤੇ ਟ੍ਰਾਂਸਪੋਰਟ ਮਾਫੀਆ ਤੁਹਾਡੀ ਫੈਮਿਲੀ ਤੇ ਮੈਂ ਕਿਹਾ ਤੁਹਾਡੇ ਕੋਲ ਵਿਜੀਲੈਂਸ ਹੈ ਤੁਸੀਂ ਘੱਟੋ ਘੱਟ ਵਿਜੀਲੈਂਸ ਤੋਂ ਜਾਂਚ ਕਰਾ ਲਓ ਤੁਸੀਂ ਵਿਜੀਲੈਂਸ ਤੋਂ ਨਹੀਂ ਕਰਾਉਣੀ ਜਾਂਚ ਤੇ ਮੈਂ ਹੋਰ ਬੇਨਤੀ ਕਰਦਾ ਸਪੀਕਰ ਸਾਹਿਬ ਕੋਲ ਇੱਕ ਪਾਵਰ ਹੈ ਕਿ ਉਹ ਸਬ ਕਮੇਟੀ ਫਾਰਮ ਕਰ ਸਕਦੇ ਹੈ ਕਿ ਆਹ ਸਬ ਕਮੇਟੀ ਮੁੱਖ ਮੰਤਰੀ ਦੇ ਲੱਗੇ ਇਲਜ਼ਾਮਾਂ ਦੀ ਪੜਤਾਲ ਕਰੂਗੀ ਮੈਂ ਖਬਰ ਸਾਹਿਬ ਤੁਸੀਂ ਤਾਂ ਆਹ ਵੀ ਨਹੀਂ ਕਰਾ ਸਕੇ ਤੁਸੀਂ ਤਾਂ ਸਬ ਕਮੇਟੀ 9 ਸਾਲਾਂ ਚ ਇੱਕ ਵੀ ਸਬ ਕਮੇਟੀ ਨਹੀਂ ਫਾਰਮ ਕਰ ਸਕੇ ਤੇ ਇਸ ਕਰਕੇ ਜਦੋਂ ਕਿਤੇ ਜੰਗਲ ਰਾਜ ਹੋ ਜੇ ਫਿਰ ਜਿਹੜੇ ਧਰਮੀ ਬੰਦੇ ਜਿਹੜੇ ਸੱਚ ਦੇ ਮਾਰਗ ਤੇ ਚੱਲਣ ਵਾਲੇ ਹੈ ਉਹ ਕਦੇ ਜਾਨ ਦੀ ਪਰਵਾਹ ਨਹੀਂ ਕਰਦੇ ਕਿਉਂਕਿ ਜ਼ਿੰਦਗੀ ਤੇ ਮੌਤ ਅਸਲ ਵਿੱਚ ਪਰਮੇਸ਼ਰ ਦੇ ਅਖਤਿਆਰ ਚ ਹੈ ਫਿਰ ਉਹ ਆਪਣੀ ਜਾਨ ਦੀ ਪਰਵਾਹ ਨਹੀਂ ਕਰਦੇ ਫਿਰ ਉਹ ਕਈ ਵਾਰੀ ਆਪਣੀ ਜਾਨ ਵੀ ਆਪਣੀ ਸਟੇਟ ਲਈ ਤੇ ਲੋਕਾਂ ਲਈ ਨਿਸ਼ਾਵਰ ਕਰ ਦਿੰਦੇ ਹੈ ਤੇ ਜਿਹੜੀ ਆਵਾਜ਼ੇ ਪੰਜਾਬ ਅੱਜ ਤੁਹਾਡੇ ਸਾਹਮਣੇ ਆਏ ਹਾਂ ਜੇ ਸਾਨੂੰ ਜਾਨ ਵੀ ਨਿਸ਼ਾਵਰ ਕਰਨੀ ਪਈ ਪੰਜਾਬ ਨੂੰ ਬਚਾਉਣ ਲਈ ਅਸੀਂ ਆਪਣੀ ਜਾਨ ਵੀ ਨਿਸ਼ਾਵਰ ਕਰ ਦਿਆਂਗੇ ਤਾਂ ਕਿ ਸਾਡਾ ਪੰਜਾਬ ਜਿਹੜਾ ਕਦੇ ਜਿੱਥੇ ਕਦੇ ਨਾਰਾ ਜਿਹੜੇ ਦੇਸ਼ 'ਚ ਲੱਗਿਆ ਸੀ ਜੈ ਜਵਾਨ ਜੈ ਕਿਸਾਨ ਸਾਡੇ ਦੇਸ਼ 'ਚ ਪ੍ਰਧਾਨ ਮੰਤਰੀ ਨੇ
ਨਾਰਾ ਲਾਇਆ ਤੇ ਅਸੀਂ ਭੁੱਖੇ ਦੇਸ਼ ਦਾ ਢਿੱਡ ਭਰਿਆ ਤੇ ਅੱਜ ਉਹ ਕਿਸਾਨ ਰੋਜ਼ ਖੁਦਕਸ਼ੀਆਂ ਕਰਦਾ, ਜੋ ਨੌਜਵਾਨ ਬੇਰੁਜ਼ਗਾਰ ਹੋਇਆ ਫਿਰਦਾ, ਉਹਦਾ ਇੱਕੋ ਹੀ ਕਾਰਨ ਹੈ ਕਿ ਰਾਜਾ ਵਪਾਰੀ ਜਨਤਾ ਭਿਖਾਰੀ। ਮੈਂ ਤਾਂ ਇਹ ਕਹਿੰਦਾ ਤੁਹਾਡੇ ਕੋਲ ਕਲਮ ਹੈ ਤੇ ਮੈਂ ਬਹੁਤ ਸਾਰੀਆਂ ਲੜਾਈਆਂ ਦਾ ਇਤਿਹਾਸ ਪੜ੍ਹਿਆ। ਕਈ ਵਾਰੀ ਕਦਮ ਚੱਲਦੇ ਰਹੇ, ਗੌਰ ਨਾਲ ਸੁਣਿਓ, ਮੈਂ ਲੜਾਈਆਂ ਦਾ ਇਤਿਹਾਸ ਪੜ੍ਹਿਆ ਹੈ। ਕਈ ਵਾਰੀ ਕਦਮ ਚੱਲਦੇ ਰਹੇ ਤੇ ਕਦਮ ਰੁਕ ਕੇ ਲੜਾਈ ਹਾਰ ਗਏ, ਤੇ ਕਈ ਵਾਰੀ ਕਦਮ ਰੁਕ ਗਏ, ਫੌਜੀ ਸੌ ਗਏ, ਪਰ ਕਲਮ ਚੱਲਦੀ ਰਹੀ ਤੇ ਲੜਾਈ ਜਿੱਤ ਗਏ। ਮੈਂ ਤੁਹਾਨੂੰ ਵੀ ਬੇਨਤੀ ਕਰਾਂ ਕਿ ਆਓ ਰਲ ਕੇ ਆ ਪੰਜਾਬ ਦੀ ਡਿੱਗਦੀ ਹੋਈ ਸ਼ਾਖ ਨੂੰ, ਡਿੱਗਦੀ ਹੋਈ ਆਰਥਿਕਤਾ ਨੂੰ ਮੁੜ ਰੋਕ ਕੇ ਫਿਰ ਤੋਂ ਬੁਲੰਦ ਕਰਨ ਲਈ, ਪੰਜਾਬੀਆਂ ਦੇ ਚਿਹਰਿਆਂ ਤੇ ਫਿਰ ਉਹ ਪੁਰਾਣੀ ਰੌਣਕ ਦੇਖਣ ਲਈ, ਮੈਂ ਤਾਂ ਵੀ ਤੁਹਾਨੂੰ ਵੀ ਕਹਿੰਦਾ, ਸਮੁੱਚੇ ਪੰਜਾਬੀਆਂ ਨੂੰ ਸੱਦਾ ਦਿੰਦਾ ਕਿ ਮਤ ਸੋਚਿਓ। ਕਈ ਕਰੀ ਜਾਂਦਾ ਕਿ ਵੋਟ ਡਿਵਾਈਡ ਹੋ ਜਾਣੀ ਹੈ, ਐ ਹੋ ਜਾਣਾ ਐ, ਜਦੋਂ ਪੰਜਾਬੀ ਇੱਕ ਮੁੱਠ ਹੋ ਗਏ ਕਿਤੇ ਵੋਟ ਡਿਵਾਈਡ ਨਹੀਂ ਹੁੰਦੀ, ਜਮਾਂ ਚਿੰਤਾ ਨਾ ਕਰਿਓ। ਧੰਨਵਾਦ। ਸਿੱਧੂ ਸਾਹਿਬ, ਇੱਕ ਸਵਾਲ ਹੈ, ਕਿਆ ਆਪਨੇ ਬੀਜੇਪੀ ਛੋੜ ਦੀ ਹੈ? ਥੈਂਕ ਯੂ ਵੈਰੀ ਮਚ। ਤੁਹਾਨੂੰ ਗਰਮੀ ਦਾ ਸਾਹਮਣਾ ਕਰਨਾ ਪਿਆ, ਅਫਸੋਸ ਉਹਦੇ ਵਾਸਤੇ, ਪ੍ਰਬੰਧਾਂ ਦੀ ਘਾਟ ਹੈ। ਮੈਂ ਰਿਣੀ ਹਾਂ ਤੁਹਾਡਾ ਬੁਢਾਪਾ ਹੈ ਨਾ, ਬਹੁਤ ਵਧੀਆ, ਤੁਸੀਂ ਸਪੋਰਟਿਵ ਨੇਚਰ ਹੈ ਜਿਹੜੇ ਲੋਕਾਂ ਦੇ ਗਰਦਨ ਦੇ ਵਿੱਚ, ਇਹ ਕਹਾਂ ਕਿ ਇੱਕ ਹੰਕਾਰ ਦਾ ਕਿੱਲਾ ਸੀ ਨਾ। ਆਵਾਜ਼ ਏ ਪੰਜਾਬ, ਆਹ ਸਤਿਕਾਰਯੋਗ ਵੀਰ ਬੈਠੇ ਆ ਜਿਨ੍ਹਾਂ ਨੇ ਮੈਨੂੰ ਸਵਾਲ ਕੀਤਾ ਵੀ ਯਾਰ, ਨਾ ਸਰਕਾਰ ਦੇ ਸੀਆਈਡੀ ਤੰਤਰ ਨੂੰ ਪਤਾ ਲੱਗਿਆ ਤੇ ਨਾ ਮੀਡੀਆ ਨੂੰ ਪਤਾ ਲੱਗਿਆ ਵੀ ਬਣ ਕਿਵੇਂ ਗਿਆ, ਤੇ ਮੈਂ ਬੇਨਤੀ ਕੀਤੀ ਸੀ, ਦੱਸਿਆ ਸੀ ਚੰਦ ਵੀਰ ਬੈਠਿਆ ਕਿ ਜਿੱਥੇ ਕੁਰਸੀ ਧੰਦਾ ਹੋਵੇ, ਜਿੱਥੇ ਕੁਰਸੀ ਧੰਦਾ ਹੋ ਜਾਵੇ, ਕਿੱਤਾ ਹੋ ਜਾਵੇ, ਦੁਕਾਨਦਾਰੀ ਹੋ ਜਾਵੇ, ਉੱਥੇ ਲੜਾਈ ਝਗੜੇ ਪੈਂਦੇ ਤੇ ਫਿਰ ਸਮਾਂ ਲੱਗਦਾ, ਤੇ ਜਿੱਥੇ ਕੁਰਸੀ ਕ੍ਰਾਂਤੀ ਹੋਵੇ, ਜਿੱਥੇ ਕੁਰਸੀ ਦੇਸ਼ ਭਗਤੀ ਹੋਵੇ, ਜਿੱਥੇ ਕੁਰਸੀ ਇੱਕ ਪੈਸ਼ਨ ਹੋਵੇ ਲੋਕਾਂ ਦੀ ਸੇਵਾ ਕਰਨ ਵਾਸਤੇ, ਜਿੱਥੇ ਕੁਰਸੀ ਪੈਸ਼ਨ ਹੋਵੇ ਕਿ ਅਸੀਂ ਆਪਣੇ ਸਮਾਜ ਦੇ ਵਿੱਚੋਂ ਕਰਪਸ਼ਨ ਦੀ ਗੰਦਗੀ ਸਾਫ ਕਰਨੀ, ਉੱਥੇ ਫਿਰ ਝਗੜੇ ਨਹੀਂ ਪੈਂਦੇ ਤੇ ਸਭਾ ਨਹੀਂ ਲੱਗਦਾ। ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ, ਦੇਖਣਾ ਹੈ ਜ਼ੋਰ ਕਿਤਨਾ, ਬਾਜੂ ਹੈ ਕਾਤਲ ਮੈਂ। ਬਹੁਤ ਬਹੁਤ ਧੰਨਵਾਦ। ਸਿੱਧੂ ਸਾਹਿਬ, ਪਹਿਲੇ ਸਵਾਲ ਦਾ ਜਵਾਬ ਦੇ ਦੀਜੀਏ, ਕਿਆ ਆਪਨੇ ਬੀਜੇਪੀ ਛੋੜ ਦੀ ਹੈ ਜਾਂ ਕਬ ਤੱਕ ਛੋੜੇਂਗੇ, ਕਿਉਂਕਿ ਇਹ ਬਾਰ ਬਾਰ ਸਵਾਲ ਉੱਠ ਰਿਹਾ ਹੈ। ਆਪਕੀ ਪਤਨੀ ਨੇ ਵੀ ਨਹੀਂ ਛੋੜੀ ਬੀਜੇਪੀ, ਨਾ ਆਪਨੇ ਛੋੜੀ ਹੈ, ਬੀਜੇਪੀ ਕੀ ਨੇਤਾ ਵੀ ਸਵਾਲ ਉੱਠਾ ਰਹੇ। ਭਾਈ ਸਾਹਿਬ, ਇਹ ਸਵਾਲ ਆਪ ਬੀਜੇਪੀ ਸੇ ਪੁੱਛੀਏ ਕਿ ਸਿੱਧੂ ਆਪਕੀ ਪਾਰਟੀ ਮੇ ਹੈ ਜਾਂ ਨਹੀਂ, ਜਵਾਬ ਉਹ ਦੇ ਦੇਂਗੇ, ਜਵਾਬ ਉਹ ਦੇ ਦੇਂਗੇ, ਔਰ ਉਨਕੇ ਜਵਾਬ ਕੇ ਉੱਪਰ ਮੇਰਾ ਨਿਰਭਰ ਕਰਤਾ ਹੈ ਜਵਾਬ। ਆਨੇ ਵਾਲੇ 15-20 ਦਿਨ ਮੇ ਆਪਕੋ ਸਭ ਸਾਫ਼ ਹੋ ਜਾਏਗਾ। ਹਜ਼ੂਰੇ ਵਾਲਾ, ਮੇਰੀ ਇੱਕ ਬੇਨਤੀ ਹੈ ਕਿ ਇਹ ਸਿਚੁਏਸ਼ਨ ਉਤਪੰਨ ਕਰਨੇ ਵਾਲੋ ਨੇ ਇੱਕ ਐਸਾ ਮੌਕਾ ਬਣਾਇਆ ਹੈ ਕਿ ਪੰਜਾਬ ਚਯਨ ਕਰੇ, ਫੈਸਲਾ ਲੋਕੋਂ ਕਾ ਹੈ, ਲੋਕਤੰਤਰ ਮੇ ਲੋਕ ਹੀ ਸਭਸੇ ਬੜੀ ਤਾਕਤ, ਫੈਸਲਾ ਉਨਕਾ ਹੈ, ਉਨਕੋ ਫੈਸਲਾ ਕਰਨੇ ਮੇ ਹਮ ਫੈਸਿਲਿਟੇਟ ਕਰੇਂਗੇ, ਹਮ ਹਰ ਚੀਜ਼ ਮੇ ਪੰਜਾਬ ਕੇ ਸਾਥ ਖੜੇ ਹੈ। ਮੈਨੇ ਪਹਿਲੇ ਵੀ ਕਹਾ ਥਾ, ਮੈਨੇ ਆਪਣੀ ਪਾਰਟੀ ਕੇ 12 ਸਾਲ ਕੀ ਸੇਵਾ ਮੇ ਉਨਕੋ ਹਮੇਸ਼ਾ ਯੇ ਕਹਾ ਕਿ ਮੈਂ ਇਨ ਲੋਗੋਂ ਕੇ ਸਾਥ, ਇਨ ਅਧਰਮੀਓਂ ਕੇ ਸਾਥ, ਜੋ ਪੰਜਾਬ ਕੇ ਸਾਥ ਨਹੀਂ ਹੈ, ਜੋ ਪ੍ਰੋਫੈਸ਼ਨ ਬਣਾ ਕੇ ਬੈਠੇ ਹੈ ਰਾਜਨੀਤੀ ਕਾ, ਮੈਂ ਨਹੀਂ ਖੜਾ ਰਹੂੰਗਾ। ਅਬ ਯੇ ਉਨਕੇ ਉੱਪਰ ਹੈ, ਯੇ ਉਨਕੇ ਉੱਪਰ ਹੈ ਕਿ ਵੋ ਕਿਆ ਨਿਰਣੇ ਲੇਤੇ ਹੈ। ਸ਼ਿਰੋਧਾਰੀ ਹੈ, ਮੈਂ ਉਨਕੋ ਬੋਲ ਕੇ ਆਇਆ ਹੂੰ, ਸ਼ਿਰੋਧਾਰੀ ਹੈ ਉਨਕਾ ਨਿਰਣੇ। ਮੈਨੇ ਆਪਣੀ ਪਾਰਟੀ ਕੇ ਬਾਰੇ ਮੇਂ ਕੁਛ ਕਹਾ, ਮੈਂ ਤੋ ਯਹੀ ਕਹਿ ਸਕਤਾ ਹੂੰ ਕਿ ਕੁਛ ਤੋ ਰਹੀ ਹੋਂਗੀ ਉਨਕੀ ਭੀ ਮਜਬੂਰੀਆਂ, ਯੂੰ ਹੀ ਚਾਹ ਕੇ ਤੋ ਕੋਈ ਬੇਵਫਾ ਨਹੀਂ ਹੋਤਾ। ਅਕਾਲੀ ਦਲ Who are they to say? It is for the people to decide. Let the people of Punjab decide. Koi apni vote waste nahi karda, brother. Jehda banda vote paunda na, oh vote paun da adhikar ohnu Shaheed Azam Bhagat Singh ne ditta hai. Khoon dor ke milya ohnu.
ਉਹ ਸੋਚ ਵਿਚਾਰ ਕੇ ਵੋਟ ਪਾਉਂਦਾ ਹੈ। ਔਰ ਜ਼ਿੰਦਗੀ ਦੇ ਵਿੱਚ ਕੋਈ ਬੰਦਾ ਵੀ ਆਪਣੀ ਵੋਟ ਖਰਾਬ ਨਹੀਂ ਕਰਦਾ। ਇਹ ਅਧਿਕਾਰ ਵੋਟਾਂ ਵੋਟਾਂ ਨਾਲ ਰੱਖਣ ਦਾ, ਵੋਟਾਂ ਅਸੀਂ ਕਿਹੜਾ ਕਹਿਤਾ ਕਿ ਅਸੀਂ ਆਹ ਕਰਾਂਗੇ ਅਸੀਂ ਉਹ ਕਰਾਂਗੇ। ਅਸੀਂ ਤਾਂ ਤੁਹਾਨੂੰ ਕਹਿੰਦੇ 15 ਦਿਨ ਦਿਓ। ਪੇਸ਼ੈਂਸ ਇਜ਼ ਬਿਟਰ ਬਟ ਦ ਫਰੂਟ ਇਜ਼ ਸਵੀਟ। सिद्धू जी सवाल ये है कि आपने कहा केजरीवाल से भी आपकी मीटिंग हुई और रेस शुरू होने से पहले ही इनसिक्योरिटी कहने की दिखाई दी, तो सारी रेस जो है आप मुख्यमंत्री पद की कुर्सी चाहते थे तो लड़ाई किस बात की थी? उन्होंने कहा कैंपेन कीजिए, आपने कहा पंजाब के लिए, तो क्या आप अब मेरा सवाल सुन लीजिए, तो कहां मामला फंसा? क्योंकि आपकी वाइफ को चुनाव लड़ाना चाहते थे, सुन तो लीजिए सर, सुन तो लीजिए, उनको मंत्री बनाना चाहते थे तो आप क्या बनना चाहते थे? कहना कि मुख्यमंत्री बनना बन करके या सीएम का ऑफर उन्होंने दिया या आपने कुछ बात बोली, तो मामला कहां फंसा? और आप जो फ्रंट बना रहे हैं क्या उसमें आप अपने आप को सीएम का कैंडिडेट प्रोजेक्ट करेंगे क्या? सबसे पहले केजरीवाल साहब का ट्वीट देख लो, तुम्हें जवाब उसी में मिल जाएगा। नवजोत सिंह सिद्धू केम विद नो प्री कंडीशन, जय पढ़ो उस ट्वीट को, नो प्री कंडीशन। उन्होंने कहा क्या चाहिए, मैंने कहा तुम्हारे पास है क्या देने को, मैं देता हूं, मैं तो राज्यसभा छोड़ के आया, ये मुझे कहते थे वहां से लड़ ले तुझे बड़ा ओहदा मिलेगा, सब छोड़ के आया, मैंने सब कुछ छोड़ दिया, श्री अमृतसर साहब ने छोड़ा, वहां घर भी बना डाला, तो ये सवाल ही कहां आता है? तो ये सवाल ही कहां आता है गुरु? एक सिंपल सी बात, एक बिल्कुल बड़ी सिंपल सी बात, ये सवाल ही नहीं आता कि मैं उनको कोई सवाल ये करता कि मुझे ये चाहिए या वो चाहिए। जिस बंदे ने कभी वोट नहीं मांगे, जिस बंदे ने ये कहा तिनके से हल्की रूई, रूई से हल्का मांगने वाला आदमी, वो कुछ मांगेगा क्या? केजरीवाल साहब ने खुद इस्तकबाल किया। अब जवाब देता हूं तुम्हारी बात, जवाब देता हूं कि अगर मैं सिस्टम में नहीं हूं दोस्त, तो मैं सिस्टम को संवारूंगा कहते, कंप्लेन तो मैं 12 साल से कर रहा था, मुझे किसी ने 6 प्रोजेक्ट्स की विजन नहीं लगाने दी, मैंने हार मार के खड़ा कर दिया, पॉलिटिक्स ऑफ वन अपमैनशिप जीत गई, कुछ नहीं। अगर मैं आज खड़ा हूं, मैंने अपनी पार्टी को भी कहा है कि मैं पंजाब के साथ हूं, तो अगर पंजाब का संवार सकते हैं, सिस्टम में रह के ही संवार सकते हैं, अगर सिस्टम से बाहर ही कोई करते तो संवारा ये कहा? मेरा सवाल यह है सिद्धू साहब मेरा सवाल यह है, पंजाब जीतने लिए डैंस ब्रदर प्रगट सिंह जी ते नवजोत सिद्धू जी चार बंदों को इलावा तुहानू अज स्टेज ते देखिया, छोटेपुर साहब केजरीवाल नू तुसीं बाय बाय कह दिता, बादल साहब नू बाय बाय कह दिता, कैप्टन साहब बारे कह दिता, होर केड़ा बंदा तुहानू इस वेले दिस रिहा जिहड़ा पंजाब जीतने लई तुहाडी मदद कर सकदा? एक छोटा जिहा सवाल होर है वी नवजोत सिद्धू पंजाब जीतने लई पंजाब च आ गया, हुण तुसीं कपल दे शो च दिसोगे अज तों बाद? सो मेरी गल सुनो, नवजोत सिंह सिद्धू 4 इलेक्शन जितया, लोगों ने जिताया, सब कुछ करता सी, प्रोफेशन तक नहीं छड़िया, ना प्रोफेशन छड़िया ना राजनीति नूं धंधा बनाया। हुण तुहाडा सवाल यह है कि तुसीं सारिआं बारे यह कहा भाई जिहड़े चंगा हो उहनूं चंगा कहांगे, ते मैनूं एक मिंट देख, जिहड़ा बंदा जे बंदे दी मंशा होगी, देखो मैं तुहानूं कहा मैं डॉक्टर प्रताप सिंह दा नाम दी है, ठीक है, कांग्रेस च बड़े चंगे बंदे आ, मैं किसे पार्टी नूं माड़ा नहीं कहा, मैं तो तुहानूं जो गल सच है वह दसी है भी जो असी धर्म की राजनीति से खड़े हाँ, असं पंजाब सवारना चाहते हैं, तो फिर उन्होंने बंदियों ने किए खड़ी जिन्हें 15 साल राज कर चुके, जिन्हें पंजाब गर्क करता, उस सिस्टम के किए खड़ी है जिन्होंने पंजाब को बर्बादी की कगार तक दा। उस तो बाद एक मिनट सुन, बड़े लोग बहुत ओवरवेलमिंग रिस्पॉन्स है, लेकिन उन्होंने लोगों किसी
ਰਾਹ ਪਾਵਾਂਗੇ ਤਾਂ ਹੀ ਹੈ ਨਾ। ਜੇ ਸਾਨੂੰ ਲੱਗਿਆ ਪੰਜਾਬ ਦਾ ਹਿੱਤ ਇਸ ਚੀਜ਼ ਚ, ਅਸੀਂ ਤੁਹਾਨੂੰ ਆ ਕੇ 15 ਦਿਨਾਂ ਬਾਅਦ 20 ਦਿਨਾਂ ਬਾਅਦ ਦੱਸਦੇ ਹਾਂ ਵੀ ਪੰਜਾਬ ਦਾ ਹਿੱਤ ਇਸ ਚੀਜ਼ ਚ, ਸਾਡੀ ਕੋਈ ਦਰਜ ਨਹੀਂ, ਅਸੀਂ ਇੱਥੋਂ ਆ ਆ ਰਾਹ ਲੈ ਰਹੇ ਹਾਂ। ਜੇ ਪੰਜਾਬ ਦਾ ਹਿੱਤ, ਜਿਸ ਚੀਜ਼ ਚ ਪੰਜਾਬ ਦਾ ਹਿੱਤ ਹੋਊਗਾ, ਅਸੀਂ ਉਸ ਗੱਲ ਨੂੰ ਤੁਹਾਡੇ ਅੱਗੇ ਰੱਖਾਂਗੇ। ਬਣ ਗਈ, ਸਾਨੂੰ 15 ਦਿਨ ਦਾ ਟਾਈਮ ਦੇ ਦੇ। ਜਬ ਇਹ ਚਰਚਾ ਛਿੜੀ ਗਈ, ਸਿੱਧੂ ਸਾਹਿਬ ਇਧਰ, ਇਧਰ ਇਧਰ ਸਿੱਧੂ ਸਾਹਿਬ, ਸਿੱਧੂ ਸਾਹਿਬ, ਜਬ ਇਹ ਚਰਚਾ ਛਿੜੀ ਥੀ ਕਿ ਆਪ ਆਮ ਆਦਮੀ ਪਾਰਟੀ ਮੇਂ ਜਾ ਰਹੇ ਹੈ, ਜਬ ਇਹ ਚਰਚਾ ਆਈ ਥੀ ਕਿ ਆਪ ਆਮ ਆਦਮੀ ਪਾਰਟੀ ਮੇਂ ਜਾ ਰਹੇ ਹੈ, ਤੋ ਟੀਵੀ ਚੈਨਲ ਪਰ ਬਹੁਤ ਸਾਰੀ ਕਲਿਪ ਚਲੀ ਥੀ, ਜਬ ਦਿੱਲੀ ਕੇ ਇਲੈਕਸ਼ਨ ਮੇਂ ਆਪ ਕੈਂਪੇਨ ਕਰ ਰਹੇ ਥੇ, ਆਪਨੇ ਮਦਾਰੀ ਕਹਾ ਥਾ ਕੇਜਰੀਵਾਲ ਕੋ, ਆਪ ਬਹੁਤ ਕੁਛ ਕਹਾ ਥਾ, ਤੋ ਫਿਰ ਵੀ ਉਸਕੇ ਬਾਵਜੂਦ ਆਪ ਉਸ ਪਾਰਟੀ ਮੇਂ ਕਿਉਂ ਜਾਣਾ ਚਾਹਤੇ ਥੇ, ਉਸਕੇ ਬਾਵਜੂਦ ਵੀ ਇਤਨੀ ਬਾਤੇਂ ਕਿਉਂ ਹੋਈ, ਕਿਉਂ ਉਸ ਪਾਰਟੀ ਮੇਂ ਜਾਣਾ ਚਾਹਤੇ ਥੇ? ਇਸ ਲਈ ਹੋਈ ਕਿ ਉਨ੍ਹੋਂਨੇ ਹਰ ਜਗ੍ਹਾ ਮੇਰੇ ਲਈ ਗੁਹਾਰ ਲਗਾਈ। ਹਿੰਦੁਸਤਾਨ ਟਾਈਮ ਕੇ ਜੋ ਉਹ ਦੁਆ ਥਾ, ਇਹ ਗਵਾਹ ਹੋਗੇ, ਵਹਾਂ ਉਨ੍ਹੋਂਨੇ ਕਹਾ ਸਿੱਧੂ ਸਾਹਿਬ ਅਗਰ ਆ ਜਾਏ ਤੋ ਵੈਲਕਮ, ਮੈਨੇ ਤੋ ਉਨਕੋ ਨਹੀਂ ਕਹਾ ਥਾ। ਯਹਾਂ ਪੇ ਆ ਕੇ ਉਨ੍ਹੋਂਨੇ ਫਿਰ ਆਵਾਜ਼ ਲਗਾਈ, ਹਰ ਉਨਕਾ ਜੋ ਵਲੰਟੀਅਰ ਥਾ, ਮੇਰੀ ਵਾਈਫ ਕੋ ਮਿਲਤਾ ਥਾ, ਸਿੱਧੂ ਸਾਹਿਬ ਰਾਜ ਕਰ। ਫਿਰ ਉਸਕੇ ਬਾਅਦ ਦੁਰਗਿਆ ਜੀ ਸੇ ਪੁੱਛ ਲੀਏ, ਮੇਰੇ ਘਰ ਤੋਂ ਉਹ ਆਏ ਥੀ, ਸਿੱਧੂ ਸਾਹਿਬ ਕੋ ਲੈ, ਸਿੱਧੂ ਨੂੰ ਬੁਲਾਓ ਤੋ ਮੈਂ ਭਗਵਾਨ ਕੇ ਦਰਜਾ, ਸਿੱਧੂ ਸਾਹਿਬ ਕੋ ਬਹੁਤ ਇੰਪੋਰਟੈਂਟ ਸਵਾਲ ਹੈ, ਸਿੱਧੂ ਸਾਹਿਬ, ਸਿੱਧੂ ਸਾਹਿਬ ਲਾਸਟ ਦਿਨ, ਸਿੱਧੂ ਸਾਹਿਬ ਸਿੰਘ ਦਾ ਬੜਾ ਇੰਪੋਰਟੈਂਟ ਸਵਾਲ, ਸਿੱਧੂ ਸਾਹਿਬ ਨੋ ਕੋ ਆਨਸਰ।